बैमण जई हो गईया मेरे करके चंदरी जई, गल गल ते खड़ जावे अख पर के चंदरी जई, रब जान दाए। समय दे नाल नाल बंदा चेंज होंदा, क्योंकि जो मैं स्टार्ट सी 2006 दी गल करदे आ उदों ते हुण दे विच जमीन आसमान का फर्क हो गया, गीतकारी का फर्क हो गया, वीडियो का फर्क हो गया। किन्ना प्यार करें मैं हस के कह देवां, चैनल का फर्क हो गया, सोशल मीडिया होना आ गया, पहला है ही नहीं सी, यूट्यूब होना आया, उदों कैसेट व्यक्ति से उदों गाउण दा जिहड़ा सीगा तरीका उदों लाइव इंस्ट्रूमेंट वजदे सी, लाइव गाउणा पैंदा सी, जिथों कट हो जाता सी दोबारा फिर सारा गाना पैंदा सी। हुण ते कंप्यूटर आ गया, कंप्यूटर ना एक एक लाइन तुसी गा सकदे हो, गाना सौखा हो गया। बट ये गल है उदों तां हुण दे विच जिहड़ा म्यूजिक दा फील आ उह जरूर खत्म होया, उह होना नहीं चाहीदा। असीं कोशिश करी दी आ कि गाने दा फील ना मरे, क्योंकि जो फील मर गया फिर गाना, ਤੁਸੀਂ ਅੱਜ ਵੀ ਦੇਖ ਲਓ ਕਿ ਪੰਜਾਬੀ ਗਾਣੇ ਜਦੋਂ ਵੀ ਅਸੀਂ ਲਾਉਂਦੇ ਹਾਂ ਸਾਨੂੰ ਉਹਨਾਂ ਦਾ ਮਿਊਜ਼ਿਕ ਵੀ ਯਾਦ, ਨਵੇਂ ਗਾਣੇ ਦਾ ਪਤਾ ਨਹੀਂ ਲੱਗਦਾ ਜਦੋਂ ਆ ਰਿਹਾ 10 ਦਿਨ ਤੋਂ ਬਾਅਦ ਗਾਣਾ ਫਿਨਿਸ਼। ਲੋਕਾਂ ਨੂੰ ਵੀ ਨਹੀਂ ਪਤਾ ਹੁੰਦਾ ਕਿਹੜੇ ਸਿੰਗਰ ਦਾ ਗਾਣਾ ਆਇਆ, ਕੀ ਉਹਦਾ ਮਿਊਜ਼ਿਕ ਆ ਕੀ। ਤੁਸੀਂ ਪੁਰਾਣਾ ਗਾਣਾ ਕੋਈ ਵੀ ਲਾ ਲਓ ਸਾਨੂੰ ਆਟੋਮੈਟਿਕਲੀ ਪਤਾ ਲੱਗ ਜਾਂਦਾ ਕਿ ਯਾਰ ਇੱਥੋਂ ਬਾਅਦ ਮਿਊਜ਼ਿਕ ਵੀ ਆ ਵੱਜਣਾ। ਉਦੋਂ ਲੋਕ ਮਿਊਜ਼ਿਕ ਨੂੰ ਵੀ ਯਾਦ ਰੱਖਦੇ ਸੀ, ਸੋ ਸਮਾਂ ਬਹੁਤ ਜ਼ਿਆਦਾ ਚੇਂਜ ਹੋਇਆ। ਭਾਅ ਜੀ ਦੇਖੋ ਕਿਸੇ ਵੀ ਫੀਲਡ 'ਚ ਮੈਨੂੰ ਤਾਂ ਇਹ ਲੱਗਦਾ ਕਿ ਬੰਦਾ ਜਦੋਂ ਕਿਸੇ ਫੀਲਡ ਨੂੰ ਸਿੱਖਦਾ ਹੀ ਨਹੀਂ, ਅਤੇ ਤੁਸੀਂ ਕੋਈ ਬਿਜ਼ਨਸ ਵੀ ਸ਼ੁਰੂ ਕਰ ਲਓ, ਜਦ ਬੰਦਾ ਉਸਦੇ ਵਿੱਚ ਪਰਫੈਕਟ ਹੀ ਨਹੀਂ, ਸਿੱਖਿਆ ਹੀ ਨਹੀਂ, ਤਾਂ ਕੀ ਕਰੂਗਾ। ਗਾਇਕੀ ਵੀ ਇਹਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ, ਗਾਇਕੀ ਇੱਕ ਸਾਧਨਾ, ਇੱਕ ਬਹੁਤ ਵੱਡਾ ਇਹ ਉਪਰਾਲਾ, ਇਹਦਾ ਤਾਂ ਇੱਥੇ ਦਿਲ ਦੇ ਨਾਲ ਤਾਲੁਕ ਆ ਨਾ। ਸੰਗੀਤ ਜੇ ਮਰ ਗਿਆ ਤਾਂ ਫਿਰ ਸਮਝ ਲਓ ਕਿ ਜਿਹੜੀ ਰੂਹ ਦੀ ਜਿਹੜੀ ਰੂਹ ਨੂੰ ਸਕੂਨ ਨਹੀਂ ਆ ਸਕਦਾ। ਇਸ ਲਈ ਸੰਗੀਤ ਨੂੰ ਮਰਨਾ ਨਹੀਂ ਦੇਣਾ ਚਾਹੀਦਾ ਅਤੇ ਸਿੱਖ ਕੇ ਹੀ ਆਉਣਾ ਚਾਹੀਦਾ। ਜਿਹੜੇ ਲੋਕ ਵੈਸੇ ਹੀ ਅੱਜ ਕੱਲ੍ਹ ਸ਼ੌਂਕ ਦੇ ਸ਼ੌਂਕ ਕਰ ਰਹੇ ਆ ਵੀ ਇੱਕ ਗਾਣਾ ਗਾ ਲਓ ਯਾਰ, ਗੱਲ ਬਣ ਗਈ ਤਾਂ ਚਲੋ ਦੂਜਾ ਵੀ ਗਾ ਲਾਂਗੇ, ਆ ਜਾਂਦੀ ਆ ਗਾ ਹੋ ਜਾਂਦਾ, ਇੱਕ ਗਾਣਾ ਹਿੱਟ ਵੀ ਹੋ ਜਾਂਦਾ। ਪਰ ਪ੍ਰੋਬਲਮ ਫਿਰ ਉੱਥੇ ਆਉਂਦੀ ਹੈ ਜਦੋਂ ਤੁਸੀਂ ਲਾਈਵ ਜਾਂਦੇ ਹੋ, 2 ਘੰਟੇ ਕਿਸੇ ਨੂੰ ਗਾਉਣਾ ਪੈ ਜਾਵੇ ਇੱਕ ਗਾਣੇ ਵਾਲਾ, ਫਿਰ ਕੀ ਗਾਵੇਗਾ। ਉੱਥੇ ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ ਜਿਹੜੀ, ਫਿਰ ਉਹ ਆ ਜਾਂਦਾ ਉਹੀ ਕਦੀ ਕਿਸੇ ਦਾ ਗਾਣਾ ਫੜ, ਕਿਸੇ ਦੀ ਬਾਂਹ ਫੜ, ਕਿਸੇ ਦੀ ਪੂੰਛ ਫੜ, ਉੱਥੇ ਫਿਰ ਕੰਮ ਖਰਾਬ ਹੁੰਦਾ। ਬੰਦਾ ਸਿੱਖ ਕੇ ਆਵੇ ਫਿਰ ਬੰਦਾ ਕਦੀ ਧੋਖਾ ਨਹੀਂ ਖਾ ਸਕਦਾ। ਬਾਕੀ ਮੈਂ ਕੋਈ ਐਡਾ ਸੁਲਝਿਆ ਹੋਇਆ ਗਾਇਕ ਨਹੀਂ ਗਾ, ਪਰ ਫਿਰ ਵੀ ਮੈਂ ਕੋਸ਼ਿਸ਼ ਕੀਤੀ ਆ ਕਿ ਇਸ ਫੀਲਡ ਦੇ ਵਿੱਚ ਮੈਂ, ਕਿਉਂਕਿ ਸੰਗੀਤ ਤਾਂ ਇੱਕ ਸਮੁੰਦਰ ਹੈ, ਹਾਲੇ ਤਾਂ ਮੈਨੂੰ ਲੱਗਦਾ ਕਿ ਮੈਂ ਪਹਿਲੀ ਪੌੜੀ 'ਤੇ ਵੀ ਪੈਰ ਨਹੀਂ ਧਰਿਆ। ਮੇਰੇ ਕਰਕੇ ਚੰਦਰੀ ਜਹੀ, ਗੱਲ ਗੱਲ 'ਤੇ ਖੜ ਜਾਵੇ ਅੱਖ ਭਰ ਕੇ ਚੰਦਰੀ ਜਹੀ, ਰੱਬ ਜਾਣਦਾ ਏ ਤੂੰ ਕੀ ਏ ਮੇਰੇ ਲਈ, ਇਹ ਮਹਿਲ ਮੁਹੱਬਤ ਦਾ ਗੱਲਾਂ ਨਾਲ ਚਿਣਿਆ ਨਹੀਂ, ਹੋ ਮੈਨੂੰ ਪੁੱਛਦੀ ਰਹਿੰਦੀ ਆ ਮੈਨੂੰ ਕਿੰਨਾ ਪਿਆਰ ਕਰੇ, ਮੈਂ ਹੱਸ ਕੇ ਕਹਿ ਦੇਵਾਂ ਕਦੇ ਗਿਣਿਆ ਮਿਣਿਆ ਨਹੀਂ, ਮੈਂ ਹੱਸ ਕੇ ਕਹਿ ਦੇਵਾਂ ਉਹ ਕਦੇ ਗਿਣਿਆ ਮਿਣਿਆ।